नमस्कार दोस्तों, आप देख रहे हैं सटे हलचल। मैं हूं आपके साथ अशोक चोपड़ा। दशम पातशाही साहिब श्री गुरु गोविंद सिंह जी के प्रकाश पर्व के उपलक्ष्य में आज गुरु की नगरी श्री अनंतपुर साहिब में विराजित तख्त श्री केसगढ़ साहिब से श्री गुरु ग्रंथ साहिब जी की छत्रछाया और पांच प्यारों के नेतृत्व में विशाल नगर कीर्तन सजाया गया। इससे पहले तख्त श्री केसगढ़ साहिब में रखवाए गए अखंड पाठ साहिब के भोग डाले गए और इस दौरान पूरा क्षेत्र बोले सो निहाल के जयकारों से गूंज उठा। तख्त श्री केसगढ़ साहिब से शुरू हुआ यह विशाल नगर कीर्तन विभिन्न शहरों, कस्बों और ग्रामीण क्षेत्रों से होते हुए 16 जनवरी को तख्त श्री दमदमा साहिब तलवंडी साबो जाकर संपन्न होगा। श्री गुरु ग्रंथ साहिब जी की पालकी को रंग बिरंगे फूलों से खूबसूरती से सजाया गया था और साथ चल रहे कीर्तनी जथे और बैंड पार्टियां इस नगर कीर्तन को और चार चांद लगा रही थी। इस मौके पर अकाल तख्त साहिब के जथेदार सिंह साहिब यानी रघुवीर सिंह जी, एडवोकेट हरजिंदर सिंह धामी, श्रोमणी अकाली दल के अध्यक्ष सुखबीर सिंह बादल, पूर्व लोकसभा सदस्य प्रोफेसर प्रेम सिंह चंदूमाजरा और पंजाब के पूर्व शिक्षा मंत्री डॉक्टर दलजीत सिंह चीमा, एसजीपीसी के सदस्य भाई अमरजीत सिंह चावला इत्यादि भी विशेष तौर पर उपस्थित रहे। पहले देखे इस नगर कीर्तन की खूबसूरत तस्वीरें, फिर सुनाते हैं क्या कहा एसजीपीसी के अध्यक्ष एडवोकेट हरजिंदर सिंह धामी और अन्य ने। अब सुने क्या कहा एसजीपीसी के अध्यक्ष एडवोकेट हरजिंदर सिंह धामी ने पत्रकारों से बात करते हुए। वाहेगुरु जी का खालसा, वाहेगुरु जी की फतेह। नारायण नर प्रणाम सारे ऐसे गुरु को बल बल चाहिए आप मुक्त होए दा धन धन साहिब साहब श्री गुरु गोबिंद सिंह पातशाह इन्हां दा प्रकाश दिहाड़ा 17 जनवरी समूह गुरु नानक नाम देवा माही पाई तरीक ਜਾ ਰਹੇ ਆ। ਸਤਿਗੁਰਾਂ ਦਾ ਪਵਿੱਤਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਿੱਥੋਂ ਸਤਿਗੁਰਾਂ ਨੇ ਅੰਡੇ ਬਾਟੇ ਦੀ ਪੌਣ ਬਖਸ਼ਿਸ਼ ਕਰਕੇ ਪੰਜਾਂ ਨੂੰ ਆਪੇ ਕੋਲ ਚੇਲਾ ਦੀ ਉਹ ਮਰਿਆਦਾ ਚਲਾਈ ਸੀ, ਉਹ ਅੱਜ ਮਹਾਨ ਨਗਰ ਕੀਰਤਨ ਇੱਥੋਂ ਸ਼ੁਰੂ ਹੋਇਆ। ਇਹਦੀ ਸੰਪੰਨਤਾ 16 ਤਰੀਕ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਣੀ ਆ ਅਤੇ 17 ਤਰੀਕ ਨੂੰ ਵੱਡੇ ਪੱਧਰ 'ਤੇ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਦਮਦਮਾ ਸਾਹਿਬ ਦੀ ਧਰਤੀ 'ਤੇ ਮਨਾਇਆ ਜਾਣਾ। ਪਹਿਲਾਂ ਭਾਵੇਂ ਹੁਣ ਵੀ ਪਟਨਾ ਸਾਹਿਬ ਦੀ ਧਰਤੀ 'ਤੇ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ, ਪਰ ਕਿਤੋਂ ਆਹ ਜਿਹੜੀ ਪਵਿੱਤਰ ਧਰਤੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਇੱਥੋਂ ਸਤਿਗੁਰੂ ਜੀ ਨੇ 1699 ਦੇ ਵਿੱਚ ਆਪੇ ਗੁਰ ਚੇਲਾਂ ਦੀ ਮਰਿਆਦਾ ਚਲਾਈ ਅਤੇ ਸਤਿਗੁਰੂ ਜੀ ਨੇ ਫਿਰ ਸੰਪੂਰਨ ਦਾ ਸਤਿਗੁਰੂ ਜੀ ਨੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਦਮਦਮੇ ਦੀ ਧਰਤੀ 'ਤੇ ਪਾਸੇ
ਸੋ ਅੱਜ ਇਹ ਮਹਾਨਗਰ ਕੀਰਤਨ ਦੀ ਪ੍ਰਾਪਤਤਾ ਹੋਈ ਆ। ਇਹ 16 ਤਰੀਕ ਨੂੰ ਜਾ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਸਮਾਪਤੀ ਹੋਊਗੀ। 16 ਨੂੰ ਅਤੇ 17 ਨੂੰ ਵੱਡੇ ਸਮਾਗਮ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਉੱਥੇ ਹੋਣਗੇ ਅਤੇ 17 ਤਰੀਕ ਨੂੰ ਰਾਤ ਨੂੰ ਆਤਿਸ਼ਬਾਜ਼ੀ ਹੌਲੀ ਹੌਲੀ ਅਤੇ ਦੀਪਮਾਲਾ ਉਹ ਵੱਡੇ ਪੱਧਰ 'ਤੇ ਜਿਹੜੀ ਆ ਇਸ ਸਮਾਗਮ ਦੀ ਜਿਹੜੀ ਸ਼ੋਭਾ ਨੂੰ ਹੋਰ ਵਧਾਉਣਗੇ। ਸੋ ਆਓ ਸਾਰੇ ਰਲ ਮਿਲ ਕੇ ਉਸ ਪਵਿੱਤਰ ਮਰਿਆਦਾ ਅਨੁਸਾਰ ਚੱਲੀਏ, ਖੰਡੇ ਬਾਟੇ ਦੀ ਪੌੜ ਛੱਕੀਏ, ਗੁਰੂ ਵਾਲੇ ਬਣੀਏ। ਇਹ ਜਿਹੜਾ ਨਗਰ ਕੀਰਤਨ ਆ ਇਹ ਗੁਰੂ ਪਾਤਸ਼ਾਹ ਜੀ ਦੇ ਉਸ ਪਵਿੱਤਰ ਜਿਹੜਾ ਆਪਾਂ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਉਸ ਮਾਰਗ ਤੋਂ ਪੈਣਾ ਤੋਂ ਹੁੰਦਾ ਹੋਇਆ ਜਾ ਕੇ ਦਮਦਮਾ ਸਾਹਿਬ 16 ਤਰੀਕ ਨੂੰ ਖਤਮ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਸ ਮੌਕੇ ਪਰ ਕਿਆ ਕਿਹਾ ਪੰਜਾਬ ਕੇ ਪੂਰਵ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਿਹੇ ਵੀ ਸੁਣੇ। ਸਾਰੀ ਸੰਗਤ ਨੂੰ ਜਿਹੜਾ 17 ਜਨਵਰੀ ਨੂੰ ਪ੍ਰਕਾਸ਼ ਪੁਰਬ ਆ ਰਿਹਾ ਉਹਦੀਆਂ ਲੱਖ ਲੱਖ ਵਧਾਈਆਂ। ਔਰ ਬੜੀ ਖੁਸ਼ੀ ਹੈ ਕਿ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਔਰ ਬਹੁਤ ਵੱਡਾ ਸੰਗਤਾਂ ਦੇ ਵਿੱਚ ਉਤਸ਼ਾਹ ਹੈ। ਗੁਰੂ ਮਹਾਰਾਜ ਕਿਰਪਾ ਕਰਨ 16 ਤਰੀਕ ਨੂੰ ਇਹ ਤਲਵੰਡੀ ਸਾਬੋ ਪਹੁੰਚੇਗਾ ਔਰ 17 ਨੂੰ ਪਹਿਲੀ ਵਾਰੀ ਵੱਡੇ ਪੱਧਰ ਦੇ ਉੱਤੇ ਜਿਹੜਾ ਸਰਪੰਚ ਧਾਨੀ ਸਾਹਿਬ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਵੱਡੇ ਪੱਧਰ ਦੇ ਉੱਤੇ SGPC ਵੱਲੋਂ ਸਮਾਗਮ ਕਰਕੇ ਇੱਥੇ ਮਨਾਇਆ ਜਾਂਦਾ। ਵੈਸੇ ਤਾਂ ਹਰ ਸਾਲ ਹਰ ਪਿੰਡ ਦੇ ਵਿੱਚ ਮਨਾਇਆ ਜਾਂਦਾ, ਵੱਡਾ ਸਮਾਗਮ ਅੱਗੇ ਤਖ਼ਤ ਪਟਨਾ ਸਾਹਿਬ 'ਤੇ ਹੁੰਦਾ ਜਿਹੜਾ ਉਹਨਾਂ ਦਾ ਜਨਮ ਸਥਾਨ ਹੈ, ਪਰ ਇੱਥੇ ਵੀ ਹੁਣ ਜਿਹੜਾ ਸਮਾਗਮ ਸ਼ੁਰੂ ਕੀਤਾ ਜਾ ਰਿਹਾ ਬੜਾ ਸ਼ਲਾਘਾਯੋਗ ਫੈਸਲਾ। ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਜਿਸ ਜਿਸ ਰਸਤੇ ਦੇ ਉੱਤੇ ਵੀ ਨਗਰ ਕੀਰਤਨ ਜਾ ਰਿਹਾ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਸਾਰੀਆਂ ਸੰਗਤਾਂ ਉਤਸ਼ਾਹ ਦੇ ਨਾਲ ਸਵਾਗਤ ਕਰ। ਇਸ ਮੌਕੇ ਪਰ ਕਿਆ ਕਹਾ ਪੂਰਬ ਲੋਕ ਸਭਾ ਸਦੱਸਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ, ਆਪ ਵੀ ਸੁਣੇ। ਨਗਰ ਕੀਰਤਨ ਦੀ ਆਰੰਭਤਾ ਹੋਊਗੀ ਜੀ, ਸਮੁੱਚੀ ਲੀਡਰਸ਼ਿਪ ਤੁਹਾਡੀ ਜਿਹੜੀ ਪੁੱਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਨੁਮਾਇੰਦੇ ਇੱਥੇ ਪਹੁੰਚੇ ਨੇ, ਕੀ ਕਹੋਗੇ ਜੀ? ਪਹਿਲਾਂ ਤਾਂ ਅੱਜ ਕੇਸਗੜ੍ਹ ਸਾਹਿਬ ਦੀ ਜੋ ਖਾਲਸੇ ਦੀ ਜਨਮ ਭੂਮੀ ਆ ਇਸ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਸ਼ੁਰੂਆਤ 'ਤੇ ਆ ਕੇ ਅਸੀਂ ਖੁਸ਼ੀ ਵੀ ਮਹਿਸੂਸ ਕਰਦੇ ਹਾਂ, ਮਾਣ ਵੀ ਮਹਿਸੂਸ ਕਰਦੇ ਹਾਂ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਲਸਾਨੀ ਕੁਰਬਾਨੀਆਂ ਨੂੰ ਅੱਜ ਸ਼ਰਧਾ ਅਤੇ ਸਤਿਕਾਰ ਭੇਟ ਕਰਦੇ ਹਾਂ ਔਰ ਸੰਗਤ ਦਾ ਲਾਮਿਸਾਲ ਇਕੱਠ, ਲੋਕਾਂ ਦਾ ਸਤਿਕਾਰ, ਲੋਕਾਂ ਵਿੱਚੋਂ ਸ਼ਰਧਾ, ਇਸ ਗੱਲ ਦਾ ਦਰਸਾਵਾ ਸੰਕੇਤ ਆ ਕਿ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਲਸਾਨੀ ਕੁਰਬਾਨੀਆਂ ਨੂੰ ਮਤਲਬ ਭੁਲਾਇਆ ਨਹੀਂ ਜਾ ਸਕਦਾ ਔਰ ਇਸ ਦੇਸ਼ ਦੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਮਹਾਨ ਕੁਰਬਾਨੀਆਂ ਨੂੰ ਭੁਲਾਉਣਾ ਵੀ ਨਹੀਂ ਚਾਹੀਦਾ। ਪੱਤਰਕਾਰਾਂ ਸੇ ਬਾਤ ਕਰਤੇ ਕਿਆ ਕਹਾ SGPC ਕੇ ਸਦੱਸਿਆ ਭਾਈ ਅਮਰਜੀਤ ਸਿੰਘ ਚਾਵਲਾ ਨੇ, ਆਪ ਵੀ ਸੁਣੇ। ਅੱਜ ਸਾਡੇ ਮਾਨਯੋਗ ਸਿੱਖ ਪੰਥ ਦੇ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਣ ਜੋ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਇਆ, ਇਹ 16 ਤਰੀਕ ਨੂੰ ਇਸ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਣਾ। ਪਹਿਲਾ ਪੜਾਅ ਚਮਕੌਰ ਸਾਹਿਬ ਵਿਖੇ ਹੋਏਗਾ, ਦੂਸਰਾ ਪੜਾਅ ਆਲਮਗੀਰ ਸਾਹਿਬ ਵਿਖੇ ਹੋਏਗਾ, ਤੀਸਰਾ ਪੜਾਅ ਮਹਿਦੀਆਣਾ ਸਾਹਿਬ ਵਿਖੇ ਹੋਏਗਾ, ਚੌਥਾ ਪੜਾਅ ਸ੍ਰੀ ਜੈਤੋ ਸਾਹਿਬ ਵਿਖੇ ਹੋਏਗਾ, ਪੰਜਵਾਂ ਪੜਾਅ ਮੁਕਤਸਰ ਸਾਹਿਬ ਅਤੇ ਛੇਵਾਂ ਪੜਾਅ ਬਠਿੰਡਾ ਵਿਖੇ ਹੋਏਗਾ। ਇਹ ਨਗਰ ਕੀਰਤਨ ਦੇ ਪ੍ਰਤੀ ਸੰਗਤਾਂ ਵਿੱਚ ਤੁਸੀਂ ਦੇਖ ਹੀ ਰਹੇ ਹੈ ਕਿੰਨਾ ਭਾਰੀ ਉਤਸ਼ਾਹ, ਕਿੰਨੀਆਂ ਰੌਣਕਾਂ ਲੱਗੀਆਂ। ਇਹ ਬਾਦਸ਼ਾਹ ਦਰਬੇਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ, ਉਹਨਾਂ ਦਾ ਪ੍ਰਕਾਸ਼ ਨੂੰ ਸਾਰੇ ਸੰਗਤਾਂ ਬਹੁਤ ਬਹੁਤ ਵਧਾਈ। ਇਸ ਮੌਕੇ ਪਰ ਕਿਆ ਕਹਾ ਯੂਥ ਅਕਾਲੀ ਦਲ ਪੰਜਾਬ ਕੇ ਅਧਿਅਕਸ਼ ਸਰਬਜੀਤ ਸਿੰਘ ਨਿੱਜਰ ਨੇ, ਜਿਹੇ ਵੀ ਸੁਣੇ। ਦੇਖਣ ਨੂੰ ਮਿਲਿਆ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਵਧੀਆ ਉਪਰਾਲਾ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੱਜ ਆਰੰਭ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਜਾਣਾ। ਸੋ ਇਹ ਸਾਰਾ ਜਿਹੜਾ ਰੂਟ ਆ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਰੱਖਿਆ ਗਿਆ, ਭਾਵ ਕਿ ਜਦੋਂ ਦਸ਼ਮੇਸ਼ ਪਿਤਾ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਉਹ ਜਿਹੜੇ ਰਸਤਿਆਂ ਨੂੰ ਹੁੰਦੇ ਹੋਏ ਅੱਗੇ ਦਮਦਮਾ ਸਾਹਿਬ ਤੱਕ ਗਏ ਉੱਥੇ ਉੱਥੇ ਨੂੰ ਇਹ ਰਸਤਿਆਂ ਦੇ ਵਿੱਚ ਨੂੰ ਇਹ ਗੁਜ਼ਰਦਾ ਹੋਇਆ ਇਹ ਨਗਰ ਕੀਰਤਨ ਜਾਣਾ। ਸੋ ਅੱਜ ਬੜੀ ਸ਼ਰਧਾ ਦੇ ਨਾਲ ਜਾਓ ਜਲਾਲ ਦੇ ਨਾਲ ਸੰਗਤਾਂ ਨੇ ਬੜੇ ਪੂਰੀ ਸ਼ਰਧਾ ਦੇ ਨਾਲ ਜੋਸ਼ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਅੱਜ ਨਗਰ ਕੀਰਤਨ ਦੀ ਆਰੰਭਤਾ ਹੋਈ ਆ। ਰਸਤੇ ਦੇ ਵਿੱਚ ਸੰਗਤਾਂ ਬੜੇ ਵੱਡੇ ਪੱਧਰ 'ਤੇ ਸਵਾਗਤ ਕਰ ਰਹੀਆਂ ਨੇ। ਸੋ ਮੈਂ ਸਮਝਦਾ ਕਿ ਇਹ 16 ਤਰੀਕ ਨੂੰ, ਅੱਜ 10 ਤਰੀਕ ਨੂੰ ਸ਼ੁਰੂ ਹੋ ਕੇ 16 ਤਰੀਕ ਨੂੰ ਸ਼ਾਮ ਨੂੰ ਨਗਰ ਕੀਰਤਨ ਦੀ ਸਮਾਪਤੀ ਜਿਹੜੀ ਹੋਣੀ ਆ ਤਖ਼ਤ ਸ੍ਰੀ ਦਮਦਮਾ ਸਾਹਿਬ ਜਾ ਕੇ, ਅਗਲੇ ਦਿਨ ਵੱਡਾ 17 ਤਰੀਕ ਨੂੰ ਫਿਰ ਸਮਾਗਮ ਆ ਜਿਹੜਾ ਉੱਥੇ ਹੋਣਾ। ਲੰਬੇ ਪਿੰਡ ਵਿੱਚ ਇਹੀ ਅਪੀਲ ਆ ਕਿ
दशमेश पिता जन्म प्रकाश उत्सव में समर्पित नगर कीर्तन आ रहा विशाल, जिदे नाल गुरु साहब के शस्त्र भी आ रहे हैं, गुरु तेग बहादुर साहब के शस्त्र आ रहे हैं, श्री हरगोबिंद साहब पातशाह के शस्त्र आ रहे हैं। संगत जिते नगर कीर्तन का स्वागत कर उत्थे शस्त्रां दे दर्शन करके अपना जीवन सफला करन अते पूरे जोश दे नाल चढ़दी कला दे नाल इस नगर कीर्तन दा बिल्कुल वो तो है ही है, सेहत गुरु साहब के जीवन तो ही लैण दी लोड़ आ कि किन्ना मतलब जिहड़ा गुरु साहब का जीवन है वो एक महान सानू एक इतिहास दे के गए ने। सो नौजवानों नू दस्तार बननी चाहिए है, केस रखने चाहिए ने, तो गुरु साहब के दसे हुए रस्ते चलना चाहिए। सड़े हलचल के लिए श्री आनंदपुर साहब से राजकुमार राजा के साथ करण चोपड़ा की रिपोर्ट।